हाँ जी, सत श्री अकाल दोस्तों, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਤੇ। ਦੋਸਤੋ, ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ, ਅੱਜ ਦਾ ਜੌਬ ਨੋਟੀਫਿਕੇਸ਼ਨ PPSC ਵੱਲੋਂ ਲੈ ਕੇ ਆਇਆ ਤੇ PPSC ਵੱਲੋਂ 21 ਪੋਸਟਾਂ ਜਾਰੀ ਕੀਤੀਆਂ ਗਈਆਂ ਅਸਿਸਟੈਂਟ ਆਰਕੀਟੈਕਟ ਦੀਆਂ। ਗਰੁੱਪ A ਦੀ ਇਹ ਭਰਤੀ ਆ ਇਨ ਵੇਰੀਅਸ ਡਿਪਾਰਟਮੈਂਟਸ ਆਫ ਗਵਰਨਮੈਂਟ ਆਫ ਪੰਜਾਬ। ਤੇ ਕਿਹੜੇ ਕਿਹੜੇ ਡਿਪਾਰਟਮੈਂਟ 'ਚ ਰੱਖੇ ਜਾਣਾ ਉਹ ਵੀ ਤੁਹਾਨੂੰ ਅੱਗੇ ਦੱਸਦੇ ਹਾਂ, ਤਾਂ ਪੂਰੀ ਡਿਟੇਲ ਦੇਣ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਵਿੱਚ। ਤੇ ਸਭ ਤੋਂ ਪਹਿਲਾਂ ਇਹਦੇ 'ਚ ਜਿਹੜੀਆਂ 10 ਪੋਸਟਾਂ ਆ ਅਸਿਸਟੈਂਟ ਆਰਕੀਟੈਕਟ ਗਰੁੱਪ A ਦੀਆਂ, ਇਹ ਰੱਖੇ ਜਾਣੇ ਆ ਜੀ ਡਿਪਾਰਟਮੈਂਟ ਆਫ ਲੋਕਲ ਗਵਰਨਮੈਂਟ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਡਰ। ਤੇ ਜਿਹੜੀਆਂ 11 ਪੋਸਟਾਂ ਅਸਿਸਟੈਂਟ ਆਰਕੀਟੈਕਟ ਗਰੁੱਪ A ਦੀਆਂ, ਇਹ ਰੱਖੇ ਜਾਣੇ ਆ ਡਿਪਾਰਟਮੈਂਟ ਆਫ ਪਬਲਿਕ ਵਰਕਸ ਦੇ ਵਿੱਚ ਗਵਰਨਮੈਂਟ ਆਫ ਪੰਜਾਬ। ਤੇ ਇਹ ਦੋ ਡਿਪਾਰਟਮੈਂਟਸ ਦੇ ਵਿੱਚ ਰੱਖੇ ਜਾਣੇ ਆ, ਇੱਕ 'ਚ 10 ਤੇ ਇੱਕ 'ਚ 11, ਤਾਂ ਟੋਟਲ ਜਿਹੜਾ 21 ਪੋਸਟਾਂ ਇਹ ਬਣਦੀਆਂ ਨੇ। ਤੇ ਅੱਗੇ ਹੋਰ ਜਾਣਕਾਰੀ ਚੱਲਦੇ ਆ ਇਹਦੇ ਵਿੱਚ ਕੀ ਕੀ ਕੁਆਲੀਫਿਕੇਸ਼ਨ ਆ, ਕਿੰਨੀਆਂ ਪੋਸਟਾਂ। ਤੇ ਇਹਦੇ ਵਿੱਚ ਗੱਲ ਕਰੀਏ ਅਸਿਸਟੈਂਟ ਆਰਕੀਟੈਕਟ ਜਿਹੜੇ ਡਿਪਾਰਟਮੈਂਟ ਆਫ ਲੋਕਲ ਗਵਰਨਮੈਂਟ ਦੇ ਵਿੱਚ ਰੱਖੇ ਜਾਣੇ ਆ, ਉਹ 'ਚ ਸਭ ਤੋਂ ਪਹਿਲਾਂ ਜਨਰਲ ਕੈਟੇਗਰੀ ਦੀਆਂ 4 ਪੋਸਟਾਂ, ਇੱਕ ਵੁਮੈਨ ਲਈ ਆ EWS, ਇੱਕ ਹੈ ਵੁਮੈਨ ਲਈ ਰਿਜ਼ਰਵ ਹੈ ਐਕਸ ਸਰਵਿਸਮੈਨ LDSM, ਇੱਕ ਵੁਮੈਨ ਲਈ ਆ SC ਅਦਰ, ਇੱਕ ਹੈ ਜੀ ਬਾਲਮੀਕੀ, 2 ਪੋਸਟਾਂ ਇੱਕ ਵੁਮੈਨ ਲਈ ਆ, ਤੇ BC ਇੱਕ ਹੈ ਵੁਮੈਨ ਲਈ ਹੈ। ਤੇ 10 ਪੋਸਟਾਂ ਵਿੱਚੋਂ 5 ਪੋਸਟਾਂ ਵੁਮੈਨ ਕੈਂਡੀਡੇਟਸ ਦੇ ਲਈ ਰਿਜ਼ਰਵ ਹੈ। ਤੇ ਉਸ ਤੋਂ ਬਾਅਦ ਅਸਿਸਟੈਂਟ ਆਰਕੀਟੈਕਟ ਡਿਪਾਰਟਮੈਂਟ ਆਫ ਪਬਲਿਕ ਵਰਕਸ ਦੇ ਵਿੱਚ ਜਿਹੜੇ ਰੱਖਣੇ ਆ, ਉਹਦੇ 'ਚ ਜਨਰਲ ਕੈਟੇਗਰੀ 4 ਪੋਸਟਾਂ ਇੱਕ ਵੁਮੈਨ ਲਈ ਆ, EWS ਇੱਕ ਪੋਸਟ ਵੁਮੈਨ ਲਈ ਆ, ਐਕਸ ਸਰਵਿਸਮੈਨ LDSM ਇੱਕ ਵੁਮੈਨ ਲਈ ਆ, SC ਅਦਰ ਦੇ ਵਿੱਚ 2 ਪੋਸਟਾਂ ਇੱਕ ਵੁਮੈਨ ਲਈ ਆ ਦੇ 'ਚੋਂ, ਤੇ ਬਾਲਮੀਕੀ ਇੱਕ ਪੋਸਟ ਹੈ, ਦੈਨ ਬਾਲਮੀਕੀ ਸਪੋਰਟਸ ਦੇ ਵਿੱਚ ਇੱਕ ਪੋਸਟ ਹੈ, ਤੇ BC ਦੇ ਵਿੱਚ ਇੱਕ ਪੋਸਟ ਹੈ। ਤਾਂ ਟੋਟਲ 11 ਪੋਸਟਾਂ ਦੇ ਵਿੱਚੋਂ 5 ਪੋਸਟਾਂ ਵੁਮੈਨ ਦੇ ਲਈ ਆ PWD ਦੇ ਵਿੱਚ ਜਿਹੜੇ ਰੱਖਣੇ ਆ। ਤੇ ਉਸ ਤੋਂ ਬਾਅਦ ਅੱਗੇ ਇਹਨਾਂ ਨੇ ਦੱਸਿਆ ਕਿ ਜੁਆਇੰਟ ਕੰਪੀਟੀਟਿਵ ਐਗਜ਼ਾਮ ਇਹਦਾ ਹੋਣਾ, ਠੀਕ ਆ, 21 ਪੋਸਟਾਂ ਦੇ ਲਈ। ਤੇ ਜਿਹਦੇ ਵਿੱਚ ਜੇਕਰ ਇੱਕ ਚੀਜ਼ ਹੋਰ ਹੈ, ਜੇਕਰ ਤੁਹਾਡੀ ਦੋਨੋਂ ਪੋਸਟਾਂ ਦੇ ਵਿੱਚ ਐਲੀਜੀਬਿਲਟੀ ਬਣ ਰਹੀ ਆ, ਦੋਨੋਂ ਰਿਕਰੂਟਮੈਂਟਸ ਦੇ ਵਿੱਚ 10 ਪੋਸਟਾਂ ਵਾਲੀ ਦੇ ਵਿੱਚ ਵੀ ਤੇ 11 ਪੋਸਟਾਂ ਵਾਲੀ ਦੇ ਵਿੱਚ ਵੀ, ਤਾਂ ਤੁਸੀਂ ਇਹਨਾਂ ਦਾ ਫਾਰਮ ਤੁਸੀਂ ਅਲੱਗ ਅਲੱਗ ਅਪਲਾਈ ਕਰਨਾ ਹੈ। ਪਹਿਲਾਂ 10 ਪੋਸਟਾਂ ਦੇ ਲਈ ਅਪਲਾਈ ਕਰਨਾ, ਦੈਨ 11 ਪੋਸਟਾਂ ਦੇ ਲਈ ਅਪਲਾਈ ਕਰਨਾ, ਠੀਕ ਹੈ। ਫਿਰ ਇੱਕ ਮਾਸਟਰ ਚਲਾਨ ਜਨਰੇਟ ਹੋਏਗਾ, ਉਹ ਮਾਸਟਰ ਚਲਾਨ ਜਨਰੇਟ ਕਰਕੇ ਤੁਸੀਂ ਉਹਦੀ ਫੀਸ ਡਿਪੋਜ਼ਿਟ ਕਰਵਾਉਣੀ ਹੈ ਬੈਂਕ ਵਗੈਰਾ 'ਚ, ਤੇ ਦੈਨ ਤੁਹਾਡਾ ਉਹ ਫਾਰਮ ਜਿਹੜਾ ਮੰਨਿਆ ਜਾਣਾ, ਤੇ ਉਹਦੇ ਲਈ ਤੁਹਾਡਾ ਜੁਆਇੰਟ ਕੰਪੀਟੀਟਿਵ ਐਗਜ਼ਾਮ ਲਿਆ ਜਾਣਾ ਟੋਟਲ 21 ਪੋਸਟਾਂ ਦੇ। ਤੇ ਅੱਗੇ ਇਹਦੇ 'ਚ ਸੈਲਰੀ ਆ ਜਿਹੜੀ ਗਰੁੱਪ A ਦੀ, ਇਹ ਭਰਤੀ ਆ 47,600 ਰੁਪਇਆ ਸੈਲਰੀ ਮਿਲੇਗੀ ਪਰ ਮੰਥ ਡਿਊਰਿੰਗ ਪ੍ਰੋਬੇਸ਼ਨ, 3 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਹੋਏਗਾ। ਤੇ ਅਸਿਸਟੈਂਟ ਆਰਕੀਟੈਕਟ ਲੋਕਲ ਗਵਰਨਮੈਂਟ ਦੇ ਜਿਹੜੇ ਲੋਕਲ ਗਵਰਨਮੈਂਟ ਦੇ ਵਿੱਚ ਜਿਹੜੇ ਰੱਖਣੇ ਆ, ਉਹਦੇ ਲਈ ਤੁਸੀਂ ਡਿਗਰੀ ਔਰ ਡਿਪਲੋਮਾ ਕੀਤਾ ਹੋਵੇ, ਟੂ ਡਿਗਰੀ ਇਨ ਆਰਕੀਟੈਕਚਰ, ਠੀਕ ਹੈ ਜੀ, ਡਿਗਰੀ ਔਰ ਡਿਪਲੋਮਾ ਇਕੁਅਲ ਐਂਡ ਟੂ ਡਿਗਰੀ ਇਨ ਆਰਕੀਟੈਕਚਰ ਰੈਕਗਨਾਈਜ਼ਡ ਬਾਏ ਦਾ ਕਾਉਂਸਲ ਆਫ ਆਰਕੀਟੈਕਚਰ ਕਨਸਟੀਟਿਊਟਡ ਅੰਡਰ ਦਾ ਆਰਕੀਟੈਕਟਸ ਐਕਟ 1972। ਇਹਦੇ 'ਚ ਇਹਨਾਂ ਨੇ ਦੱਸਿਆ ਦੋਸਤੋ ਕਿ ਜੇਕਰ ਤੁਸੀਂ ਡਿਗਰੀ ਜਾਂ ਡਿਪਲੋਮਾ ਕੋਈ ਕੀਤਾ ਹੋਇਆ ਤਾਂ ਉਹ ਇਕੁਅਲੈਂਟ ਹੋਣਾ ਚਾਹੀਦਾ ਡਿਗਰੀ ਇਨ ਆਰਕੀਟੈਕਚਰ ਦੇ, ਠੀਕ ਹੈ ਜੀ, ਤੇ ਉਹ ਰੈਕਗਨਾਈਜ਼ਡ ਹੋਣਾ ਚਾਹੀਦਾ ਬਾਏ ਦਾ ਕਾਉਂਸਲ ਆਫ ਆਰਕੀਟੈਕਚਰ ਜਿਹੜਾ ਕਿ ਕਨਸਟੀਟਿਊਟਡ ਹੈ ਅੰਡਰ ਦਾ ਆਰਕੀਟੈਕਟਸ ਐਕਟ 1972, ਇਹਦੇ ਅਧੀਨ ਜਿਹੜਾ ਕਨਸਟੀਟਿਊਟ ਕੀਤਾ ਹੋਇਆ। ਤੇ ਉਸ ਤੋਂ ਇਲਾਵਾ ਇਹਦੇ ਨਾਲ ਇਹਨਾਂ ਨੇ ਕਿਹਾ ਕਿ ਸ਼ੁੱਡ ਹੈਵ ਰਜਿਸਟਰਡ ਐਜ਼ ਆਰਕੀਟੈਕਟ ਅੰਡਰ ਦਾ ਆਰਕੀਟੈਕਟਸ ਐਕਟ 1972, ਤੁਸੀਂ ਰਜਿਸਟਰਡ ਹੋਣੇ ਚਾਹੀਦੇ ਹੋ ਐਜ਼ ਐਨ ਆਰਕੀਟੈਕਟ। ਉਸ ਤੋਂ ਬਾਅਦ ਜਿਹੜੇ PWD ਦੇ ਵਿੱਚ ਰੱਖਣੇ ਆ, ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਡਿਗਰੀ ਔਰ ਡਿਪਲੋਮਾ ਇਕੁਅਲ ਐਂਡ ਟੂ ਡਿਗਰੀ ਇਨ ਆਰਕੀਟੈਕਚਰ ਸੇਮ ਕੁਆਲੀਫਿਕੇਸ਼ਨ ਆ, ਤੇ ਸੇਮ ਹੀ ਇਹਨਾਂ ਨੇ ਕਿਹਾ ਕਿ ਤੁਸੀਂ ਰਜਿਸਟਰਡ ਹੋਣੇ ਚਾਹੀਦੇ ਹੋ ਐਜ਼ ਐਨ ਆਰਕੀਟੈਕਟ, ਠੀਕ ਹੈ ਜੀ, ਤਾਂ ਇਹ ਦੀ ਕੁਆਲੀਫਿਕੇਸ਼ਨ ਆ। ਤੇ 10ਵੀਂ ਦੇ ਵਿੱਚ ਪੰਜਾਬੀ ਤੁਸੀਂ ਪਾਸ ਕੀਤੀ ਹੋਵੇ, ਤੇ ਜਿਹੜੀ ਤੁਹਾਡੀ ਕੁਆਲੀਫਿਕੇਸ਼ਨ ਆ 29/6/22 ਤੱਕ ਕੰਪਲੀਟ ਹੋ ਜਾਣੀ ਚਾਹੀਦੀ ਆ। ਏਜ ਲਿਮਿਟ ਆ ਜਿਹੜੀ 1 ਜਨਵਰੀ 2022 ਦੇ ਅਨੁਸਾਰ 18 ਤੋਂ 37 ਸਾਲ ਹੋਣੀ ਚਾਹੀਦੀ ਆ। ਗਵਰਨਮੈਂਟ ਇੰਪਲੋਈਜ਼ ਲਈ 45 ਸਾਲ, SC BC ਦੇ ਲਈ 42 ਸਾਲ, ਤੇ ਡਿਵੋਰਸਿਸ ਵਿਡੋਜ਼ ਵੁਮਨ ਦੇ ਲਈ 42 ਸਾਲ, PWD ਕੈਂਡੀਡੇਟਸ ਦੀ 47 ਸਾਲ ਏਜ ਲਿਮਿਟ ਤੁਹਾਡੀ ਹੋਣੀ ਚਾਹੀਦੀ ਆ। ਤੇ ਗਰੁੱਪ A ਦੀ ਭਰਤੀ ਆ ਇਹ, ਤਾਂ ਗਰੁੱਪ A ਦੇ ਵਿੱਚ ਇੰਟਰਵਿਊ ਜਿਹੜਾ ਲਿਆ ਜਾਂਦਾ ਹੁੰਦਾ, ਤੇ ਰਿਟਨ ਐਗਜ਼ਾਮ ਤੁਹਾਡਾ 120 ਕੁਐਸਚਨ ਹੋਣੇ ਆ 480 ਮਾਰਕਸ ਦੇ, ਤੇ ਇੰਟਰਵਿਊ ਤੁਹਾਡਾ 60 ਮਾਰਕਸ ਦਾ ਹੋਏਗਾ, ਟੋਟਲ 540 ਦੇ ਵਿੱਚੋਂ ਫਾਈਨਲ ਮੈਰਿਟ ਜਿਹੜੀ ਤੁਹਾਡੀ ਬਣਨੀ ਆ। ਤੇ ਜੇਕਰ ਰਿਟਨ ਟੈਸਟ ਦੀ ਗੱਲ ਕਰੀਏ, 100 ਕੁਐਸਚਨ ਤੁਹਾਨੂੰ ਪਾਰਟ A ਦੇ ਵਿੱਚ ਆਉਣਾ, ਯਾਨੀ ਕਿ ਸਬਜੈਕਟ ਦਾ ਜੋ ਸਿਲੇਬਸ ਆ ਉਹਦੇ ਵਿੱਚੋਂ 400 ਮਾਰਕਸ ਦੇ, ਤੇ ਜਨਰਲ ਨੋਲੇਜ, ਲੌਜੀਕਲ ਰੀਜ਼ਨਿੰਗ, ਮੈਂਟਲ ਐਬਿਲਿਟੀ ਦੇ 20 ਕੁਐਸਚਨ ਆਉਣੇ ਆ 80 ਮਾਰਕਸ ਦੇ, ਟੋਟਲ 120 ਕੁਐਸਚਨ ਜਿਹੜੇ ਆ ਤੁਹਾਨੂੰ 480 ਮਾਰਕਸ ਦੇ ਹੋ ਆਉਣੇ ਆ।
ਤੇ ਉਸ ਤੋਂ ਇਲਾਵਾ ਇੰਗਲਿਸ਼ ਲੈਂਗੁਏਜ ਦੇ ਵਿੱਚ ਪੇਪਰ ਆਉਣਾ ਹੈ, 4 marks ਦਾ ਈਚ ਕੁਐਸਚਨ ਹੋਏਗਾ, ਨੈਗੇਟਿਵ ਮਾਰਕਿੰਗ ਵਿੱਚ ਹੋਏਗੀ ਤੇ 2 ਘੰਟੇ ਦੀ ਤੁਹਾਡੀ ਟਾਈਮਿੰਗ ਹੋਏਗੀ ਪੇਪਰ ਦੀ। ਸਿਲੇਬਸ ਇਹਦਾ ਡਿਟੇਲ ਸਹਿਤ ਦਿੱਤਾ ਗਿਆ ਇਸ PDF ਦੇ ਨੀਚੇ, ਸਿਲੇਬਸ ਦਿੱਤਾ ਗਿਆ। ਅੱਗੇ ਇਹਨਾਂ ਨੇ ਦੱਸਿਆ ਕਿ ਇੰਟਰਵਿਊ ਦੇ ਲਈ 2 ਗੁਣਾ ਜਿਹੜੇ ਕੈਂਡੀਡੇਟ ਉਹ ਸ਼ਾਰਟਲਿਸਟ ਕੀਤੇ ਜਾਣਗੇ ਰਿਟਨ ਐਗਜ਼ਾਮ ਤੋਂ ਬਾਅਦ, ਠੀਕ ਹੈ, ਤੇ ਫਾਈਨਲ ਮੈਰਿਟ ਜਿਹੜੀ ਬਣ ਗਈ ਹੈ ਉਹ ਰਿਟਨ ਟੈਸਟ ਦੇ ਮਾਰਕਸ ਪਲੱਸ ਇੰਟਰਵਿਊ ਦੇ ਮਾਰਕਸ ਦੋਨਾਂ ਨੂੰ ਜਿਹੜਾ ਪਲੱਸ ਕਰਕੇ ਉਹਦੀ ਮੈਰਿਟ ਬਣਨੀ ਹੈ। ਤੇ ਇੰਪੋਰਟੈਂਟ ਡੇਟਸ ਨੋਟ ਕਰ ਲਓ, ਲਾਸਟ ਡੇਟ ਫਾਰ ਨਿਊ ਰਜਿਸਟ੍ਰੇਸ਼ਨ ਹੈਗੀ ਹੈ ਜੀ ਸਟੈਪ 1 ਦੇ ਲਈ 29/6/22 ਹੈ ਜੀ, ਤੇ ਸਟਾਰਟ ਡੇਟ ਹੈ ਪ੍ਰਿੰਟ ਫਾਰ ਪ੍ਰਿੰਟਿੰਗ ਸਿਸਟਮ ਜਨਰੇਟਡ ਬੈਂਕ ਚਲਾਨ, ਇਹਦੀ ਸਟਾਰਟ ਡੇਟ ਹੈ ਜੀ 30/6/2022, ਤੇ ਲਾਸਟ ਡੇਟ ਹੈ ਫਾਰ ਪ੍ਰਿੰਟਿੰਗ ਸਿਸਟਮ ਜਨਰੇਟਡ ਬੈਂਕ ਚਲਾਨ 7 ਜੁਲਾਈ 2022, ਤੇ ਡਿਪੋਜ਼ਿਟ ਕਰਨ ਦੀ ਐਪਲੀਕੇਸ਼ਨ ਡਿਪੋਜ਼ਿਟ ਕਰਨ ਦੀ ਲਾਸਟ ਡੇਟ ਹੈਗੀ ਹੈ ਜੀ ਤੁਹਾਡੀ ਐਗਜ਼ਾਮੀਨੇਸ਼ਨ ਫੀਸ ਵਗੈਰਾ ਡਿਪੋਜ਼ਿਟ ਕਰਨ ਦੀ 8 ਜੁਲਾਈ 2022, ਤਾਂ ਇਸੀ ਦਾ ਧਿਆਨ ਰੱਖਣਾ ਤੁਸੀਂ। ਉਸ ਤੋਂ ਇਲਾਵਾ ਜਿਹੜੀ ਫੀਸ ਵਗੈਰਾ ਇਹਦੀ ਨੋਟ ਕਰ ਲਓ, ਇਹਦੇ 'ਚ SC BC ਕੈਂਡੀਡੇਟਸ ਦੇ ਲਈ ਅਤੇ ST ਕੈਂਡੀਡੇਟਸ ਦੇ ਲਈ 750 ਰੁਪਏ ਫੀਸ ਹੈ, ਐਕਸ ਸਰਵਿਸਮੈਨ 500 ਹੈ ਜੀ ਫੋਰ ਪੰਜਾਬ ਸਟੇਟ ਓਨਲੀ, ਐਕਸ ਸਰਵਿਸਮੈਨ ਆਫ ਪੰਜਾਬ ਸਟੇਟ ਓਨਲੀ ਲਈ 500 ਹੈ, EWS PWD ਅਤੇ LDSM ਦੇ ਲਈ 500 ਹੈ, ਜਨਰਲ ਸਪੋਰਟਸ ਅਤੇ ਫਰੀਡਮ ਫਾਈਟਰ ਦੇ ਲਈ 1500 ਰੁਪਏ ਫੀਸ ਹੈ। ਤਾਂ ਇਹਦੀ ਪੂਰੀ ਜਾਣਕਾਰੀ ਦੋਸਤੋ, ਬਾਕੀ ਕੁਝ ਨਹੀਂ ਪਤਾ ਲੱਗਿਆ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ, ਤੇ ਜਿਹੜਾ ਤੁਹਾਨੂੰ ਪਾਰਟ ਏ ਦੇ ਵਿੱਚੋਂ ਸਬਜੈਕਟ ਦੇ ਵਿੱਚੋਂ ਤੁਹਾਡੇ ਵਿੱਚੋਂ 100 ਕੁਐਸਚਨ ਆਉਣੇ ਆ ਉਹ ਡਿਟੇਲ ਸਹਿਤ ਸਿਲੇਬਸ ਇੱਥੇ ਦਿੱਤਾ ਗਿਆ, ਇਹ ਤੁਸੀਂ ਆਪਣਾ ਚੈੱਕ ਕਰ ਲੈਣਾ। ਜਿਹੜੀ ਨੋਟੀਫਿਕੇਸ਼ਨ ਦੀ PDF ਆ ਉਹ ਅਵੇਲੇਬਲ ਹੋ ਚੁੱਕੀ ਆ ਟੈਲੀਗ੍ਰਾਮ 'ਤੇ, ਟੈਲੀਗ੍ਰਾਮ ਚੈਨਲ ਜੁਆਇਨ ਨਹੀਂ ਕੀਤਾ ਤਾਂ ਲਿੰਕ ਡਿਸਕ੍ਰਿਪਸ਼ਨ 'ਚ ਦਿੱਤਾ, ਜੁਆਇਨ ਕਰ ਸਕਦੇ ਹੋ। ਤੇ ਬਾਕੀ ਦੇ ਅਪਡੇਟਸ ਵੀ ਸਾਡੇ ਨਾਲ ਬਣੇ ਰਹੋ, ਜੁੜੇ ਰਹੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।